ਸਤਿਕਾਰ ਦੋਸਤੋ, ਮੇਰਾ ਨਾਮ ਹਰਦੀਪ ਸਿੰਘ ਆ ਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਤੇ ਮੈਂ ਮੈਲਬਰਨ ਰਹਿੰਦਾ ਤੇ ਮੈਂ ਇੱਥੇ ਸਟੱਡੀ ਕੀਤੀ ਆ ਜੀ ਮਾਸਟਰ ਆਈਟੀ ਦੇ ਵਿੱਚ ਤੇ ਇਹ ਜਿਹੜਾ ਮਿਸਟਰ ਪੰਜਾਬ ਮਿਸਟਰ ਆਸਟ੍ਰੇਲੀਆ ਕੰਪੀਟੀਸ਼ਨ ਹੋ ਰਿਹਾ ਤੇ ਇਸ ਵਿੱਚ ਮੈਂ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਚਾਹੁੰਦਾ, ਆਪਣੀ ਸਿੱਖੀ ਨੂੰ ਰੀਪ੍ਰਜੈਂਟ ਕਰਨਾ ਚਾਹੁੰਦਾ ਕਿ ਸਰਦਾਰ ਮੁੰਡੇ ਵੀ ਬਹੁਤ ਕੁਛ ਕਰ ਸਕਦੇ ਨੇ ਤੇ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਅੱਗੇ ਲੈ ਕੇ ਆਵਾਂ ਤੇ ਕਹਿੰਦੇ ਨੇ ਨਾ ਕਿ ਮੌਕਾ ਜਿਹੜਾ ਹੁੰਦਾ ਉਹ ਗਵਾਉਣਾ ਨਹੀਂ ਚਾਹੀਦਾ। ਕੋਸ਼ਿਸ਼ ਕਰਾਂਗਾ ਕਿ ਜਿਹੜਾ ਕੰਪੀਟੀਸ਼ਨ ਮੈਂ ਇਸ ਵਿੱਚ ਭਾਗ ਲਿੱਤਾ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂ ਕਿ ਮੈਂ ਜਿੱਤ ਸਕਾਂ ਅਤੇ ਆਪਣੇ ਆਪ ਨੂੰ ਆਪਣੀ ਕਮਿਊਨਿਟੀ ਨੂੰ ਆਸਟ੍ਰੇਲੀਆ ਦੇ ਵਿੱਚ ਰੀਪ੍ਰਜੈਂਟ ਕਰ ਸਕਾਂ। ਜਿਹੜੇ ਮੈਨੇਜਮੈਂਟ ਨੇ ਮੇਰੇ ਵੀਰ ਸਿਮਰਨ ਅਤੇ ਗਗਨ ਨੇ, ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਕਿਉਂਕਿ ਇਹ ਮੇਰਾ ਫਸਟ ਟਾਈਮ ਹੈ ਅਤੇ ਮੈਂ ਕੁਝ ਉਹਨਾਂ ਨੇ ਬਹੁਤ ਕੁਛ ਸਿਖਾ ਰਹੇ ਨੇ ਮੈਨੂੰ ਵੀ ਕਿੱਦਾਂ ਕੈਮਰੇ ਨੂੰ ਫੇਸ ਕਰੀਦਾ, ਕਿੱਦਾਂ ਆਪਣੇ ਆਪ ਨੂੰ ਕੌਨਫੀਡੈਂਸ ਲਿਆਉਣਾ। ਅਤੇ ਅੱਜ ਦਾ ਰੋਲ ਸੀਗਾ ਫੋਟੋ ਸ਼ੂਟ ਅਤੇ ਜਿਸ ਵਿੱਚ ਉਹਨਾਂ ਨੇ ਮੈਨੂੰ ਕੈਮਰੇ ਨੂੰ ਫੇਸ ਕਰਨਾ ਬਹੁਤ ਸਿੱਖਿਆ। ਮੇਰਾ ਅਲਟੀਮੇਟ ਗੋਲ ਹੈ ਕਿ ਮੈਂ ਆਪਣੇ ਆਪ ਨੂੰ ਰੀਪ੍ਰਜੈਂਟ ਕਰ ਸਕਾਂ ਤਾਂ ਕਿ ਸਿੱਖੀ ਜਿਹੜੀ ਹੈ ਕਿ ਸਰਦਾਰ ਮੁੰਡੇ ਵੀ ਬਹੁਤ ਕੁਛ ਕਰ ਸਕਦੇ ਨੇ, ਇਸ ਲਾਈਨ ਵਿੱਚ ਅੱਗੇ ਆ ਸਕਦੇ ਨੇ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿੱਤ ਸਕਾਂ।